ਪੰਜਾਬੀ ਟੈਸ਼ਨਲ ਜੁੜੇ ਹੋ ਤੇ ਮੈਂ ਜੱਸੀ ਬੜਾਚੋ ਦੋਸਤੋ ਹਾਜ਼ਰ ਆਇਆ ਇੱਕ ਬਹੁਤ ਹੀ ਕਮਾਲ ਦੀ ਫਿਲਮ ਦੀ ਜਾਣਕਾਰੀ ਲੈ ਕੇ ਸੋ ਦੋਸਤੋ ਦੱਸ ਦਿੰਦੇ ਆ ਕਿ ਪੰਜਾਬੀ ਸਿਨੇਮਾ ਦੇ ਵਿੱਚ ਆਏ ਦਿਨ ਹੀ ਕਿਸੇ ਨਾ ਕਿਸੇ ਫਿਲਮ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜੀ ਸੋ ਕਹਿ ਸਕਦੇ ਆ ਕਿ ਇਹ ਨਹੀਂ ਦਿਨੀ ਬਹੁਤ ਹੀ ਸੁਪਰ ਡੁਪਰ ਹਿੱਟ ਗੀਤਾਂ ਦੇ ਟਾਈਟਲਾਂ ਨੂੰ ਲੈ ਕੇ ਫਿਲਮਾਂ ਦੀਆਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਸੋ ਦੋਸਤੋ ਇੱਕ ਬਹੁਤ ਹੀ ਕਮਾਲ ਦਾ ਤੇ ਸੁਪਰ ਡੁਪਰ ਜਹ ਹਿੱਟ ਗੀਤ ਸਾਡੇ ਜਹਨ ਚੋਂ ਦਾ ਕਹਿੰਦੇ ਇਕੱਲੇ ਕਹਰੇ ਨੇਰੇ ਤੇ ਸਵੇਰੇ ਮਿੱਤਰਾ ਬੀ ਟਾਉਨ ਵਿੱਚ ਨਹੀਂ ਉਜਾਈਦਾ ਸੋ ਕਹਿ ਸਕਦੇ ਆ ਕਿ ਇਸ ਟਾਈਟਲ ਨੂੰ ਲੈ ਕੇ ਵੀ ਫਿਲਮ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜੀ ਫਿਲਮ ਦਾ ਨਾਮ ਹੈ ਬੀ ਟਾਉਨ ਸੋ ਦੋਸਤੋ ਦੱਸ ਦਿੰਦੇ ਆ ਕਿ ਇਸ ਫਿਲਮ ਨੂੰ ਪਿੰਕੀ ਪੂਨੀ ਤੇ ਸੁਖ ਸੰਘੇੜਾ ਦੇ ਵੱਲੋਂ ਪ੍ਰੈਜ਼ੈਂਟ ਕੀਤਾ ਜਾਣਾ ਸੋ ਦੋਸਤੋ ਉੱਥੇ ਹੀ ਇਸ ਫਿਲਮ ਦੀ ਖੂਬਸੂਰਤ ਕਹਾਣੀ ਨੂੰ ਲਿਖਿਆ ਜੀ ਸੁਖ ਸੰਘੇੜਾ ਤੇ ਫਿਲਮ ਨੂੰ ਡਾਇਰੈਕਟ ਵੀ ਸੁਖ ਸੰਘੇੜਾ ਹੋਰਾਂ ਦੇ ਵੱਲੋਂ ਹੀ ਕੀਤਾ ਜਾਣਾ ਸੋ ਦੋਸਤੋ ਦੱਸ ਦਿੰਦੇ ਆ ਕਿ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾਉਣ ਜਾ ਰਹੇ ਨੇ ਜੀ ਬਹੁਤ ਹੀ மல்டி டேலன்ட் கபரு அரமான் வேதல் ਸੋ ਦੋਸਤੋ ਕਹਿ ਸਕਦੇ ਆ ਕਿ ਉਹਨਾਂ ਦੀ ਗੈਕੀ ਬਾਰੇ ਅਸੀਂ ਜਾਣੂਆ ਸੋ ਕਹਿ ਸਕਦੇ ਆ ਕਿ ਹਾਲੇ ਤੱਕ ਉਹਨਾਂ ਦੀ ਪਹਿਲਾ ਇੱਕ ਫਿਲਮ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਇੰਨੀ ਦਿਨੀ ਅਰਮਾਨ ਬੇਦਲ ਗੁੰਡਾ ਸਾਊਥ ਹਾਲ ਦਾ ਲੈ ਕੇ ਬਹੁਤ బిజీ ਨੇ ਕਿਉਂਕਿ ਇਸ ਸਾਲ ਉਹਨਾਂ ਦੀ ਇਹ ਫਿਲਮ ਰਿਲੀਜ਼ ਹੋਣੀ ਹੈ ਸੋ ਉੱਥੇ ਹੀ ਸੁਖ ਸੰਘੇੜ ਉਹ ਫਿਲਮ ਨੂੰ ਵੀ ਸੁਖ ਸੰਘੇੜਾ ਹੋਰਾਂ ਦੇ ਵੱਲੋਂ ਹੀ ਡਾਇਰੈਕਟਰ ਤੇ ਰਾਈਟਰ ਸੁਖ ਸੰਘੇੜਾ ਨੇ ਸੋ ਕਹਿ ਸਕਦੇ ਆ ਕਿ ਸੁਖ ਸੰਘੇੜਾ ਤੇ ਅਰਮਾਨ ਬੇਦਲ ਹੋਰਾ ਦੀ ਦੂਸਰੀ ਫਿਲਮ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਜੀ ਫਿਲਮ ਦਾ ਨਾਮ ਹੈ ਬੀ ਟੌਨ ਸੋ ਦੋਸਤੋ ਦੱਸ ਦਿੰਦੇ ਆ ਕਿ ਫਿਲਮ ਦੇ ਵਿੱਚ ਕਮ ਇਸ ਫਿਲਮ ਦੇ ਵਿੱਚ ਬ੍ਰਿੰਟਨ ਤੇ ਸਰੀ ਵਾਲੇ ਮੁੰਡਿਆਂ ਦੀ ਗੱਲ ਡੌਟ ਗਨ ਤੇ ਮਸਟੈਂਗ ਦੀ ਗੱਲ ਪੰਜਾਬ ਤੋਂ ਆਏ ਹੋਏ ਗੱਬਰੂਆਂ ਦੀ ਗੱਲ ਨਾਲ-ਨਾਲ ਮੁਟਿਆਰਾਂ ਦੀ ਮਿਹਨਤ ਦੀ ਤੇ ਹਾਰਡਵਰਕ ਦੀ ਗੱਲ ਇੱਥੇ ਹੀ ਨਹੀਂ ਪਿੰਡ ਬੈਠੇ ਬੇਬੇ ਤੇ ਬਾਪੂ ਦੀ ਗੱਲ ਹੋਏਗੀ ਸੋ ਕਹਿ ਸਕਦਾ ਹੈ ਕਿ ਇਸ ਫਿਲਮ ਦੇ ਵਿੱਚ ਹਰ ਰੰਗ ਪੰਜਾਬੋਂ ਗਏ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਗੱਬਰੂਆਂ ਦੀ ਗੱਲ ਕੀਤੀ ਜਾਏਗੀ ਉਹਨਾਂ ਦੀ ਮਿਹਨਤ ਦੀ ਗੱਲ ਕੀਤੀ ਜਾਏਗੀ ਤੇ ਕਹਿ ਸਕਦੇ ਆ ਕਿ ਫਿਲਮ ਨੂੰ ਕਮੈਸੇਜਲ ਐਂਗਲ ਤੋਂ ਵਿਖਾਇਆ ਜਾਏਗਾ ਜਿਸ ਤਰੀਕੇ ਦੇ ਨਾਲ ਫਿਲਮ ਦਾ ਪੋਸਟਰ ਸਾਡੇ ਸਾਹਮਣੇ ਆਉਂਦਾ ਸੋ ਕਹਿ ਸਕਦੇ ਆ ਕਿ ਫਿਲਮ ਫੋਰਨ ਗਏ ਹੋਏ ਵਿਦੇਸ਼ ਗਏ ਹੋਏ ਗੱਬਰੂਆਂ ਦੇ ਹਾਲਾਤਾਂ ਦੇ ਬਿਆਨਾਂ ਨੂੰ ਹਾਲਾਤਾਂ ਨੂੰ ਬਿਆਨ ਕਰੇਗੀ ਇਹ ਫਿਲਮ ਦੀ ਟੋਨ ਸੋ ਕਹਿ ਸਕਦੇ ਆ ਕਿ ਦੋਸਤੋ ਇੱਕ ਵੱਖਰੀ ਜੀ ਕਹਾਣੀ ਹੋਏਗੀ 2023 ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਕਰ ਦਿੱਤਾ ਜਾਣਾਗਾ ਸੋ ਫਿਲਹਾਲ ਜਿਹੜੀ ਮੁੱਖ ਭੂਮਿਕਾ ਉਹ ਤੁਹਾਨੂੰ ਜ਼ਿਕਰ ਕਰ ਦਿੱਤਾ ਕਿ ਇਹ ਫਿਲਮ ਦੀ ਮੁੱਖ ਭੂਮਿਕਾ ਈਰਮਾਨ ਬੇਦਲਹੁਰਾ ਦੇ ਵੱਲੋਂ ਨਿਭਾਈ ਜਾਏਗੀ ਸੋ ਉਹਨਾਂ ਦੇ ਵੱਲ ਹਲੇ ਕਿਸੇ ਹੋਰ ਸਟਾਰ ਕਾਸਟ ਨੂੰ ਰਿਵੀਲ ਨਹੀਂ ਕੀਤਾ ਗਿਆ ਸੋ ਸਾਨੂੰ ਬਹੁਤ ਬੇਸਬਰੀ ਦੇ ਨਾਲ ਉਡੀਕ ਹੋਏਗੀ ਕਿ ਉਹਨਾਂ ਦੇ ਨਾਲ ਹੋਰ ਇਸ ਫਿਲਮ ਵਿੱਚ ਕੌਣ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਨੇ ਸੋ ਕਹਿ ਸਕਦੇ ਆ ਕਿ ਈਰਮਾਨ ਬੇਦਲਹੁਰਾ ਇੰਨੀ ਦਿਨੀ ਜਿੱਦਾਂ ਕਿਸੇ ਨੇ ਮੈਂ ਜ਼ਿਕਰ ਕਰ ਦਿੱਤਾ ਕਿ ਮੁੰਡਾ ਸਾਊਥ ਹਾਲ ਦਾ ਨੂੰ ਲੈ ਕੇ ਵਿਜੀ ਨਹੀਂ ਕਿਉਂਕਿ ਇਸ ਹੀ ਸਾਲ ਉਹ ਫਿਲਮ ਉਹਨਾਂ ਦੀ ਰਿਲੀਜ਼ ਕਰ ਦਿੱਤੀ ਜਾਣੀ ਹੈਗੀ ਸੋ ਉਹ ਵੀ ਇੱਕ ਕਹਾਣੀ ਕਮਾਲ ਦੀ ਹੋਏਗੀ ਉਹ ਵੀ ਕਹਾਣੀ ਇੱਕ ਵਾਹ ਰਹਿੰਦੇ ਗੱਭਰੂਆਂ ਦੇ ਹਾਲਾਤਾਂ ਨੂੰ ਬਿਆਨ ਕਰੇਗੀ ਸੋ ਉਸ ਦੇ ਨਾਲ ਨਾਲ ਇਸ ਕਹਾਣੀ ਵੀ ਕਮਾਲ ਦੀ ਕਹਾਣੀ ਹੋਏਗੀ ਸੋ ਕਹਿ ਸਕਦੇ ਆ ਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਜਿੱਥੇ ਨਵੇਂ-ਨਵੇਂ ਕਹਾਣੀ ਆ ਰਹੀਆਂ ਨੇ ਉੱਥੇ ਹੀ ਸਾਡੇ ਪੰਜਾਬੀ ਸਿਨੇਮੇ ਨੂੰ ਨਵੇਂ-ਨਵੇਂ ਅਦਾਕਾਰ ਵੀ ਮਿਲ ਰਹੇ ਨੇ ਨਵੀਂ-ਨਵੀਂ ਅਦਾਕਾਰੀ ਵੀ ਸਾਨੂੰ ਵੇਖਣ ਨੂੰ ਜ਼ਰੂਰ ਮਿਲੂਗੀ ਸੋ ਦੋਸਤੋ ਬੇਸਬਰੀ ਦੇ ਨਾਲ ਸਾਨੂੰ ਉਡੀਕ ਰਹੇਗੀ ਫਿਲਮ ਦੀ ਲੁੱਕ ਦੀ ਫਿਲਮ ਦੇ ਟੀਜ਼ਰ ਦੀ ਫਿਲਮ ਦੇ ਟ੍ਰੇਲਰ ਦੀ ਜਦੋਂ ਵੀ ਸਾਡੇ ਤੱਕ ਕੋਈ ਜਾਣਕਾਰੀ ਆਉਂਦੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਾਂਗੇ